ਵੱਡੀ ਜਿਹੜੀ ਮਾਤਾ ਕਮੇਟੀ ਨੂੰ ਭੇਜੀ ਹੈ, ਨਾਲੇ ਸਰਦਾਰ ਵਚਨ ਸਿੰਘ ਜੀ ਰਾਣਾ ਏਐਸਆਈ ਸਾਹਿਬ ਅਤੇ ਕੁਲਵਿੰਦਰ ਸਿੰਘ ਜੀ ਸਪੇਨ ਵਾਲੇ ਜਿਹਨਾਂ ਨੇ 31,000 ਰੁਪਏ ਦੇ ਵੱਡੇ ਸਹਿਯੋਗ ਦਿੱਤੇ ਚੱਲਦੇ ਦੰਗਲ ਦੇ ਲਈ, ਸਰਦਾਰ ਅਸ਼ੋਕ ਕੁਮਾਰ ਜੀ ਰਿਟਾਇਰ ਇੰਸਪੈਕਟਰ ਸਾਹਿਬ ਪੰਜਾਬ ਪੁਲਿਸ, ਉਹਨਾਂ ਵੱਲੋਂ 21,000 ਰੁਪਏ ਦਾ ਵੱਡਾ ਸਹਿਯੋਗ, ਵਿਕਰਮ ਸਿੰਘ ਜੀ ਇਟਲੀ ਜਿਹਨਾਂ ਵੱਲੋਂ 21,000 ਰੁਪਏ ਦੀ ਵੱਡੀ ਰਾਸ਼ੀ ਪੁਜਦੀ ਕੀਤੀ ਹੈ, ਨਾਲੇ ਰਿਟਾਇਰ ਕਰਨਲ ਸਰਦਾਰ ਹਿੰਮਤ ਸਿੰਘ ਜੀ ਸਨ ਉਹ, ਸਰਦਾਰ ਰਾਘੋ ਸਿੰਘ ਜੀ ਜਿਹਨਾਂ ਵੱਲੋਂ 11,000 ਰੁਪਏ ਦੇ ਵੱਡੇ ਸਹਿਯੋਗ ਪੁਜਦੇ ਕੀਤੇ ਦੰਗਲ ਦੇ ਲਈ, ਔਰ ਨਾਲੇ ਰਣਵੀਰ ਸਿੰਘ ਜੀ ਰਾਣਾ ਜਿਹਨਾਂ ਨੇ 11,000 ਰੁਪਏ ਦੀ ਰਾਸ਼ੀ ਪੁਜਦੀ ਕੀਤੀ ਹੈ, ਰਣਜੀਤ ਸਿੰਘ ਜੀ ਰਾਣਾ, ਲਵਲੀ ਰਾਣਾ ਅਤੇ ਉਹਨਾਂ ਦੇ ਸਾਥੀ ਜੋ ਕਿ ਸਪੇਨ ਤੋਂ 31,000 ਰੁਪਏ ਦੀ ਰਾਸ਼ੀ ਚੱਲਦੇ ਦੰਗਲ ਦੇ ਲਈ ਪੁਜਦੀ ਕੀਤੀ। ਬਹੁਤ ਹੀ ਸਤਿਕਾਰਯੋਗ ਸ਼ਿਵ ਕੁਮਾਰ ਜੀ ਰਾਣਾ ਜਿਹਨਾਂ ਵੱਲੋਂ 51,100 ਰੁਪਏ ਦੇ ਵੱਡੇ ਸਹਿਯੋਗ, ਮਨਪ੍ਰੀਤ ਸਾਹੀ ਜੀ ਜਿਹਨਾਂ ਵੱਲੋਂ 51,100 ਰੁਪਏ ਦੇ ਵੱਡੇ ਸਹਿਯੋਗ, ਸਰਦਾਰ ਜਸਮੇਰ ਸਿੰਘ ਜੀ 51,100 ਰੁਪਇਆ, ਸੁਰਿੰਦਰਪੁਰੀ ਜੀ ਜਿਹਨਾਂ ਵੱਲੋਂ 3,100 ਰੁਪਏ ਦੇ ਵੱਡੇ ਸਹਿਯੋਗ ਜਿਹੜੇ ਆ ਚੱਲਦੇ ਦੰਗਲ ਦੇ ਲਈ ਪੁੱਜਦੇ ਕੀਤੇ ਆ, ਔਰ ਨਾਲੇ ਕਹਿੰਦੇ ਚੱਲਦੀਆਂ ਹੋਈਆਂ ਕੁਸ਼ਤੀਆਂ ਮੈਦਾਨ ਦੇ ਵਿੱਚ ਤਿੰਨ ਵੀ ਦਰਸ਼ਕ ਵੀਰਾਂ ਨੂੰ ਬੇਨਤੀ ਇੱਕ ਵਾਰ ਜ਼ੋਰਦਾਰ ਤਾੜੀ ਮਾਰ ਦਿਓ ਜੇਕਰ ਕੁਸ਼ਤੀ ਦੰਗਲ ਦਾ ਆਨੰਦ ਆ ਰਿਹਾ, ਤਾੜੀ ਮਾਰਦਿਆ ਕਰੋ, ਸਾਰੇ ਵੀਰਾਂ ਨੂੰ ਬੇਨਤੀ ਆ ਬਣਾ ਕੇ ਇਹਨਾਂ ਪਹਿਲਵਾਨਾਂ ਦੇ ਮਾਣ ਸਨਮਾਨ ਦੇ ਲਈ ਜ਼ਰੂਰ ਤਾੜੀ ਮਾਰਦਿਆ ਕਰੋ, ਸਾਰੇ ਵੀਰਾਂ ਨੂੰ ਬੇਨਤੀ ਹੈ। ਤੇ ਅਗਲੀ ਕੁਸ਼ਤੀ ਲਈ ਕਾਲੂ ਪਹਿਲਵਾਨ ਮਲਕਪੁਰ ਜਸਵੀਰ ਡੂਮਛੜੀ, ਇਹ ਵੀ ਮੰਨ ਜਿਹੜੇ ਜਲਦੀ ਨਾਲ ਮੈਦਾਨ ਦੇ ਵਿੱਚ ਆ ਜਾਓ, ਜਿੱਥੇ ਵੀ ਕੁਸ਼ਤੀ ਸਮਾਪਤ ਹੁੰਦੀ ਹੈ ਉੱਥੇ ਇਹਨਾਂ ਪਹਿਲਵਾਨਾਂ ਦੀ ਅਗਲੀ ਕੁਸ਼ਤੀ ਕਰਵਾਈ ਜਾਣੀ ਹੈ। ਵਾਹ ਜੀ ਵਾਹ, ਤਿੰਨ ਕੁਸ਼ਤੀਆਂ ਜਿਹੜੀਆਂ ਮੈਦਾਨ ਦੇ ਵਿੱਚ ਚੱਲਦੀਆਂ, ਕਾਲੂ ਮਲਕਪੁਰ ਦੇ ਜਸਵੀਰ ਡੂਮਛੜੀ, ਇਹ ਮੰਨ ਵੀ ਜਿਹੜਿਆ ਜਲਦੀ ਨਾਲ ਤਿਆਰ ਹੋ ਕੇ ਮੈਦਾਨ ਦੇ ਵਿੱਚ ਪੁੱਜੋ। ਅੱਜ ਤੋਂ ਬਾਅਦ ਹਰਪ੍ਰੀਤ ਫਿਰੋਜ਼ਪੁਰ, ਬੱਬੂ ਪਹਿਲਵਾਨ ਮਾਛੂਵਾੜਾ ਸਾਹਿਬ, ਇਹ ਵੀ ਮੰਨ ਜਲਦੀ ਨਾਲ ਰਿਪੋਰਟ ਕਰਿਓ, ਹਰਪ੍ਰੀਤ ਫਿਰੋਜ਼ਪੁਰ, ਬੱਬੂ ਪਹਿਲਵਾਨ ਮਾਛੂਵਾੜਾ, ਇਹ ਮੰਨ ਜਿਹੜੇ ਬਿਲਕੁਲ ਤਿਆਰ ਪਤਿਆਰ ਪੁੱਜੋ। ਹਰਪ੍ਰੀਤ ਫਿਰੋਜ਼ਪੁਰ ਦੇ ਬੱਬੂ ਮਾਛੂਵਾੜਾ ਸਾਹਿਬ, ਇਹ ਮੱਲ ਜਿਹੜੇ ਆ ਬਿਲਕੁਲ ਤਿਆਰ ਪ੍ਰਚਾਰ ਹੋ ਜਾਇਓ, ਨਾਲੇ ਦਰਸ਼ਕ ਵੀਰ ਤੇ ਪਹਿਲਵਾਨ ਨੋਟ ਕਰਿਓ, 11ਵੇਂ ਮਹੀਨੇ ਦੀ 3 ਤਰੀਕ ਜਿਹੜੀ ਆ ਡੂਮਛੜੀ ਦੇ ਕੁਸ਼ਤੀ ਦੰਗਲ ਦੀ ਆ, ਦਰਸ਼ਕ ਵੀਰ ਤੇ ਪਹਿਲਵਾਨ ਨੋਟ ਕਰਿਓ, ਜਿੱਥੇ ਸੱਦੇ ਪੱਧਰ ਵਾਲੇ ਪਹਿਲਵਾਨ ਜਿਹੜੇ ਕੁਸ਼ਤੀ ਲੜਨਗੇ, ਇਹ ਗੱਲ ਜਿਹੜੇ ਸਾਰੇ ਪਹਿਲਵਾਨ ਨੋਟ ਕਰ ਲਿਓ, ਨਰੋਲ ਸੱਦੇ ਪੱਧਰ ਵਾਲਾ ਕੁਸ਼ਤੀ ਦੰਗਲ ਹੋਣਾ, ਦਰਸ਼ਕ ਵੀਰ ਤੇ ਪਹਿਲਵਾਨ ਨੋਟ ਕਰ ਲਿਓ, 3 ਤਰੀਕ ਜਿਹੜੀ ਆ ਡੂਮਛੜੀ ਦੇ ਕੁਸ਼ਤੀ ਦੰਗਲ ਦੀ ਹੈ 11ਵੇਂ ਮਹੀਨੇ ਦੀ। ਤੇ ਇਸ ਤੋਂ ਬਾਅਦ ਹਰਪ੍ਰੀਤ ਫਿਰੋਜ਼ਪੁਰ, ਬੱਬੂ ਮਾਛੂਵਾੜਾ ਸਾਹਿਬ, ਇਹ ਵੀ ਮੱਲ ਜਿਹੜਾ ਬਿਲਕੁਲ ਤਿਆਰ ਬੰਦਿਆਰ ਹੋ ਜਾਇਓ, ਹਾਂਜੀ ਹਰਪ੍ਰੀਤ ਫਿਰੋਜ਼ਪੁਰ ਦੇ ਬੱਬੂ ਮਾਛੂਵਾੜਾ, ਕਰ ਲਓ ਵੀ ਕੁਸ਼ਤੀ ਜਿਹੜੀ ਜਿੱਥੇ ਵੀ ਸਮਾਪਤ ਹੁੰਦੀ ਆ ਕੁਸ਼ਤੀ। ਤੇ ਇਸ ਤੋਂ ਬਾਅਦ ਸੌਰਵ ਭੁੱਟਾ ਜੀਵਨ ਮਜੀਦਪੁਰ, ਇਹ ਵੀ ਮੱਲ ਤਿਆਰ ਹੋ ਕੇ ਆਪਣੇ ਕੱਪੜਿਆਂ ਨਜ਼ਦੀਕ ਰਹੋ, ਪਾਰਟੀਆਂ ਦੇ ਲੀਡਰ ਸਾਹਿਬਾਨ,
ਪਿੰਡ ਦੇ ਪਤਵਾਨ ਤੇ ਸੱਜਣ ਉਹਨਾਂ ਸਾਰਿਆਂ ਨੂੰ ਪੁਲਿਸ ਅਫੀਸਰ ਸਾਹਿਬਾਨ ਉਹਨਾਂ ਸਾਰਿਆਂ ਦਾ ਸਟੇਜ ਵੱਲੋਂ ਜੀ ਆਇਆ ਸਿੰਘ ਕਮੇਟੀ ਵੱਲੋਂ ਜੀ ਆਇਆ ਤੇ ਧੰਨਵਾਦ ਓਵਰ ਹਾਂਜੀ ਅਗਲੀ ਕੁਸ਼ਤੀ ਵਾਲੇ ਪਹਿਲਵਾਨ ਸੌਰਵ ਕੁੱਟਾ ਜੀਵਨ ਮਜੀਤਪੁਰ ਇਹ ਮੱਲ ਜਿਹੜਾ ਬਿਲਕੁਲ ਤਿਆਰ ਬਿਤਰ ਹੋ ਜਾਓ ਤੇ ਨਾਲੇ ਅਗਲੀਆਂ ਕੁਸ਼ਤੀਆਂ ਵਾਲੇ ਪਹਿਲਵਾਨ ਬਿਲਕੁਲ ਤਿਆਰ ਬੰਦਰ ਹੁੰਜੋ ਸੌਰਵ ਕੁੱਟਾ ਤੇ ਜੀਵਨ ਮਜੀਤਪੁਰ ਉਧਰ ਕਾਲਾ ਪਹਿਲਵਾਨ ਜੀ ਊਚਾ ਪਿੰਡ ਉਹਨਾਂ ਵੱਲੋਂ ਬੇਨਤੀ ਹੈ ਕਿ ਨੋਟ ਕਰ ਲਿਓ ਕਿ ਜੋ ਦੰਗਲ ਬਾਬਾ ਸੀਤਲ ਨਾਥ ਜੀ ਸਿੰਝ ਕਮੇਟੀ ਅਤੇ ਨਗਰ ਦੇ ਸਹਿਯੋਗ ਨਾਲ ਹੋਣਾ ਹੈ ਇਸੇ ਪਿੰਡ ਦੇ ਵਿੱਚ ਪਵਿੱਤਰ ਧਰਤੀ ਉੱਪਰ ਡੇਟ ਹੋਣੀ ਹੈ ਗਿਆਰਵੇਂ ਮਹੀਨੇ ਦੀ 11 ਤਰੀਕ ਹੋਣੀ ਹੈ ਨੋਟ ਕਰ ਲਿਓ ਸਾਰੇ ਦਰਸ਼ਕ ਵੀਰ ਪਹਿਲਵਾਨ ਜਿੱਥੇ ਸਾਦੇ ਪੱਧਰ ਵਾਲੇ ਪਹਿਲਵਾਨ ਕੁਸ਼ਤੀ ਲੜਨਗੇ ਇਹ ਵੀ ਨੋਟ ਕਰ ਲਿਓ ਸਾਰੇ ਪਹਿਲਵਾਨਾਂ ਨੂੰ ਬੇਨਤੀ ਹੈ ਇਸੇ ਪਵਿੱਤਰ ਧਰਤੀ ਉੱਪਰ ਜਿਹੜਾ ਕੁਸ਼ਤੀ ਦੰਗਲ ਹੋਣਾ ਹੈ ਜੋ ਕਿ ਬਾਬਾ ਸੀਤਲ ਨਾਥ ਜੀ ਉਹਨਾਂ ਦੇ ਆਸ਼ੀਰਵਾਦ ਦੇ ਸਦਕਾ ਸਿੰਝ ਕਮੇਟੀ ਊਚਾ ਪਿੰਡ ਸੰਗੋਲ ਦੇ ਸਹਿਯੋਗ ਦੇ ਨਾਲ ਬਹੁਤ ਵਧੀਆ ਕੁਸ਼ਤੀ ਦੰਗਲ 11ਵੇਂ ਮਹੀਨੇ ਦੀ 11 ਤਰੀਕ ਨੂੰ ਹੋਣਾ ਹੈ ਤੇ ਨਾਲੇ ਸਾਦੇ ਪੱਧਰ ਵਾਲੇ ਪਹਿਲਵਾਨ ਜਿਹੜੇ ਕੁਸ਼ਤੀ ਲੜਨਗੇ ਜਿੱਥੇ ਹਿੰਦੁਸਤਾਨ ਦੇ ਨਾਮੀ ਪਹਿਲਵਾਨ ਪਹੁੰਚਣਗੇ ਕਮਲਜੀਤ ਪਹਿਲਵਾਨ ਉੱਚੇ ਦਰ ਤੇ ਪਹੁੰਚੇਗਾ ਮਰਵਿੰਦਰ ਡੂਮਛੜੀ ਹੋਰ ਵੀ ਜਿਹੜੇ ਸਿਰੇ ਦੇ ਪਹਿਲਵਾਨ ਸ਼ਿਰਕਤ ਕਰਨਗੇ ਉਸ ਕੁਸ਼ਤੀ ਦੰਗਲ ਦੇ ਵਿੱਚ ਅਗਲੀ ਕੁਸ਼ਤੀ ਲਈ ਸੌਰਵ ਕੁੱਟਾ ਤੇ ਜੀਵਨ ਆਮ ਆਦਮੀ ਜਲਦੀ ਨਾਲ ਜੀਵਨ ਪਹਿਲਵਾਨ ਅਖਾੜਾ ਵਜੀਤਪੁਰ ਉਸ ਤੋਂ ਬਾਅਦ ਰਜੇਸ਼ ਊਚਾ ਪਿੰਡ ਤੇ ਅਲੀ ਫਿਰੋਜ਼ਪੁਰ ਇਹ ਵੀ ਮੱਲ ਜਲਦੀ ਨਾਲ ਰਿਪੋਰਟ ਕਰੋ ਖਾੜੇ ਪਾਤਸ਼ਾਹ ਦੇ ਵਿੱਚ ਮੇਲੀ ਪਹਿਲਵਾਨ ਦੇ ਕੋਲ ਰਜੇਸ਼ ਊਚਾ ਪਿੰਡ ਅਲੀ ਫਿਰੋਜ਼ਪੁਰ ਆਓ ਮੱਲ ਜਲਦੀ ਨਾਲ ਤੇ ਨਾਲੇ ਕਿਸੇ ਵੀ ਵੀਰ ਨੇ ਕੋਈ ਈਵੈਂਟ ਕਰਨਾ ਕੋਈ ਵੀ ਵਿਅਕਤੀਗਤ ਕਰਤੱਵ ਕਰਨਾ ਹੈ ਤਾਂ ਇੱਕ ਵਾਰ ਦੰਗਲ ਕਮੇਟੀ ਦੀ ਇਜਾਜ਼ਤ ਲੈ ਕੇ ਫਿਰ ਮੇਰੇ ਕੋਲ ਆਇਆ ਕਰੋ ਬੇਨਤੀ ਹੈ ਸਾਰੇ ਵੀਰਾਂ ਰਜੇਸ਼ ਊਚਾ ਪਿੰਡ ਆਓ ਮਾਰ ਜਲਦੀ ਨਾਲ ਮੇਲੀ ਪਹਿਲਵਾਨੀ ਕੋਲ ਰਿਪੋਰਟ ਕਰੋ ਰਜੇਸ਼ ਊਚਾ ਪਿੰਡ ਅਲੀ ਫਿਰੋਜ਼ਪੁਰ ਆਓ ਜੀ ਅਲੀ ਫਿਰੋਜ਼ਪੁਰ ਰਜੇਸ਼ ਊਚਾ ਪਿੰਡ ਦੋਨੋਂ ਮੱਲ ਜਿਹੜੇ ਜਲਦੀ ਨਾਲ ਰਿਪੋਰਟ ਕਰੋ ਉਸ ਤੋਂ ਬਾਅਦ ਦਵਿੰਦਰ ਲੋਹਾਰ ਮਾਜਰਾ ਤੇ ਉਧਰ ਬਹੁਤ ਬਹੁਤ ਧੰਨਵਾਦ ਹੈ ਚੰਦਪਾਲ ਰਾਣਾ ਜੀ ਜਿਹਨਾਂ ਵੱਲੋਂ ਚੰਦਪਾਲ ਰਾਣਾ UAE ਜਿਹਨਾਂ ਵੱਲੋਂ ਕਹਿ ਦਈਏ ਵੀ 51,000 ਰੁਪਏ ਦੇ ਵੱਡੇ ਸਹਿਯੋਗ ਹੈ ਚੱਲਦੇ ਦੰਗਲ ਦੇ ਲਈ ਨਾਲੇ ਰੋਸ਼ਨ ਖਾਨ ਜੀ ਵਪਾਰੀ ਸਾਹਿਬ ਜਿਹਨਾਂ ਵੱਲੋਂ ਇਸ ਚੱਲਦੇ ਜੱਗ ਦੇ ਵਿੱਚ 3100 ਰੁਪਏ ਦੇ ਵੱਡੇ ਸਹਿਯੋਗ ਜਿਹੜੇ ਮਹਾਨ ਕੁਸ਼ਤੀ ਕੁੰਭ ਲਈ ਪੁੱਜਦੇ ਕੀਤੇ ਗਏ ਹੈ ਬਹੁਤ ਬਹੁਤ ਧੰਨਵਾਦ ਹੈ ਉਧਰ ਨਾਲੇ ਦਵਿੰਦਰ ਲੋਹਾਰ ਮਾਜਰਾ ਇਸਰਾਇਣ ਖੰਨਾ ਉਧਰ ਬਹੁਤ ਬਹੁਤ ਧੰਨਵਾਦ ਹੈ ਹਰਦਮ ਸਿੰਘ ਜੀ ਜੋ ਕਿ ਬਜ਼ੁਰਗ ਸਾਡੇ ਦੇ ਮੈਨ ਪੁੱਜਿਆ ਜਿਹਨਾਂ ਦੀ ਉਮਰ ਕਹਿੰਦੀ ਵੀ 70 ਸਾਲ ਹੈ ਜਿਹਨਾਂ ਨੇ 100 ਡੰਡ ਮਾਰ ਕੇ ਦਿਖਾਉਣੇ ਹੈ ਆਪਣਾ ਵਿਅਕਤੀਗਤ ਕਰਤੱਵ ਕਰਨਾ ਹੈ ਤੇ ਇਸ ਤੋਂ ਬਾਅਦ ਦਵਿੰਦਰ ਲੋਹਾਰ ਮਾਜਰਾ ਇਸਰਾਇਣ ਖੰਨਾ ਮੇਰੇ ਕੋਲ ਪਰਚੀ ਲੈ ਲਿਓ ਜੋ ਕਿ ਪਹਿਲਵਾਨ ਗੁਰਪ੍ਰੋ ਸੋਢੀ ਪਹਿਲਵਾਨ ਮਲਕਪੁਰ ਤੇ ਮਨਪ੍ਰੀਤ ਤੁਰਾਹਾ
आओ पर्ची लेके जाओ। छोटी मालकपुर।